ਮੇਰੇ ਨਾਲ ਨੇ ਕ੍ਰਾਈਮ ਰਿਪੋਰਟਰ ਰਿੰਕੂ ਰਾਜਾ ਜੀ। ਕੋਰੋਨਾ ਵਾਇਰਸ ਨੂੰ ਲੈ ਕੇ ਜੋ ਪੂਰੇ ਸੰਸਾਰ ਭਰ ਵਿੱਚ ਤਾਂਡਵ ਮੱਚਿਆ ਹੋਇਆ ਹੈ, ਇਸ ਨੂੰ ਲੈ ਕੇ ਦੇਰ ਸ਼ਾਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਨਵੇਂ ਆਦੇਸ਼ ਆਏ ਸੀ, ਉਹਨਾਂ ਨੂੰ ਲੈ ਕੇ ਉਹਨਾਂ ਨੇ ਨਾਲ ਹੀ ਲੋਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਘਰ ਵਿੱਚ ਹੀ ਰਹਿਣ, ਉਹਨਾਂ ਨੂੰ ਜ਼ਰੂਰਤ ਦਾ ਸਮਾਨ ਘਰ ਵਿੱਚ ਹੀ ਮੁਹੱਈਆ ਕਰਾਇਆ ਜਾਏਗਾ। ਇਸ ਨੂੰ ਲੈ ਕੇ ਸਵੇਰੇ ਹੈਲਪਲਾਈਨ ਨੰਬਰ ਜਾਰੀ ਕਰ ਦਿੱਤੇ ਗਏ, ਜੋ ਕਿ ਕਰਿਆਨਾ, ਮੈਡੀਕਲ ਸੇਵਾਵਾਂ, ਮੈਡੀਸਨ, ਦੁੱਧ ਵਗੈਰਾ ਆਦਿ ਲਈ। ਇਸੇ ਨੂੰ ਲੈ ਕੇ ਗ੍ਰਾਹਕਾਂ ਨੇ ਜਦੋਂ ਦੁਕਾਨਦਾਰਾਂ ਨੂੰ ਫੋਨ ਤੇ ਆਰਡਰ ਕੀਤੇ, ਉਹਨਾਂ ਨੇ ਨਾਲ ਹੀ ਇਹ ਗੱਲ ਕਹਿ ਦਿੱਤੀ ਕਿ 2000 ਤੋਂ ਘੱਟ ਹੋਮ ਡਿਲੀਵਰੀ ਨਹੀਂ ਦਿੱਤੀ ਜਾਏਗੀ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਹੀ ਸਾਡੇ ਚੈਨਲ ਨੂੰ ਕਈ ਲੋਕਾਂ ਨੇ ਫੋਨ ਦੇ ਜ਼ਰੀਏ ਸ਼ਿਕਾਇਤ ਕੀਤੀ ਔਰ ਸਾਡੇ ਵੱਲੋਂ DC ਸਾਹਿਬ ਗੁਰਦਾਸਪੁਰ ਨਾਲ ਗੱਲ ਕਰਕੇ ਗੱਲਬਾਤ ਕੀਤੀ ਗਈ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਜਲਦ ਹੀ ਨਵੇਂ ਆਰਡਰ ਨਿਕਲਣਗੇ, ਜਿਨ੍ਹਾਂ ਦੇ ਵਿੱਚ 500 ਤੱਕ ਦਾ ਰਾਸ਼ਨ ਮੁਹੱਈਆ ਕਰਾਇਆ ਜਾਏਗਾ। ਪਰ ਇਸ ਨੂੰ ਲੈ ਕੇ ਵੀ ਲੋਕ ਅਸਮਰਥ ਵੇਖਣ ਨੂੰ ਮਿਲ ਰਹੇ ਹਨ। ਅੱਗੇ ਅਪਡੇਟ ਦਿੰਦੇ ਰਹਾਂਗੇ, ਦੇਖਦੇ ਰਹੋ ਚੈਨਲ ਇੰਡੀਆ ਕ੍ਰਾਈਮ ਨਿਊਜ਼। इंडिया क्राइम न्यूज़, जुर्म के खिलाफ।